ਜੀ, ਅੱਜ ਆਪਾਂ ਚੈਪਟਰ 4 ਡਿਟਰਮੀਨੈਂਟਸ ਦੀ ਐਕਸਰਸਾਈਜ਼ 4.3 ਦਾ ਟੌਪਿਕ ਕਰਨਾ। ਟੌਪਿਕ ਕੀ ਹੈ? ਮਾਈਨਸ ਐਂਡ ਕੋਫੈਕਟਰਸ। ਮਾਈਨਸ ਤੇ ਕੋਫੈਕਟਰਸ ਕੀ ਹੁੰਦੇ? ਪਹਿਲਾਂ ਮਾਈਨਰ ਮਤਲਬ ਆਮ, ਆਪਾਂ ਇਹਨੂੰ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ, ਤੁਹਾਨੂੰ ਛੇਤੀ ਸਮਝ ਆਊਗੀ। ਮੰਨ ਲਓ 2x2 ਦੀ ਮੈਂ ਇੱਕ ਐਗਜ਼ਾਮਪਲ ਹੈ ਕੋਈ। ਹੁਣ ਆਪਾਂ ਮਾਈਨਰ ਤੇ ਕੋਫੈਕਟਰ ਇੱਕ ਇੱਕ ਨੰਬਰ ਦਾ ਹੁੰਦਾ। ਜਿਵੇਂ ਮੈਂ ਕਹਾਂ ਮੇਰਾ ਮਾਈਨਰ ਕੌਣ ਹੈ ਜਾਂ ਮੇਰਾ ਕੋਫੈਕਟਰ ਕੌਣ ਹੈ, ਤਾਂ ਤੁਹਾਡਾ ਮਾਈਨਰ ਕੌਣ ਹੈ, ਤੁਹਾਡਾ ਕੋਫੈਕਟਰ ਕੌਣ ਹੈ, ਯਾਨੀ ਕਿ ਇਕੱਲੇ ਇਕੱਲੇ ਐਲੀਮੈਂਟ ਦਾ ਮਾਈਨਰ ਹੋਊਗਾ, ਇਕੱਲੇ ਇਕੱਲੇ ਐਲੀਮੈਂਟ ਦਾ ਕੋਫੈਕਟਰ ਹੋਊਗਾ। ਕੱਢਣਾ ਕਿਵੇਂ ਹੈ? ਮਾਈਨਰ ਦੀ ਪਹਿਲਾਂ ਆਪਾਂ ਗੱਲ ਕਰਦੇ ਹਾਂ। ਮਾਈਨਰ ਦਾ ਮਤਲਬ ਹੈ ਜੇ ਆਪਾਂ 4 ਦਾ ਮਾਈਨਰ ਦੇਖਣਾ ਹੈ ਤਾਂ 4 ਵਾਲਾ ਰੋਅ ਦੇ ਕਾਲਮ ਛੱਡ ਕੇ ਨੰਬਰ ਕਿਹੜਾ ਆਇਆ? ਜਦੋਂ ਆਪਾਂ ਡਿਟਰਮੀਨੈਂਟ ਸੋਲਵ ਕਰਦੇ ਹਾਂ ਆਪਾਂ ਉਹ ਨੰਬਰ ਦੀ ਰੋਅ ਵੀ ਛੱਡ ਦਿੰਦੇ ਤੇ ਉਹ ਨੰਬਰ ਦੀ ਕਾਲਮ ਵੀ ਛੱਡ ਦਿੰਦੇ। ਜੇ ਤਾਂ 2x2 ਹੈ ਤਾਂ ਉੱਥੇ ਇਕੱਲਾ ਇੱਕ ਨੰਬਰ ਬਚ ਜਾਂਦਾ। ਜੇ 3x3 ਹੁੰਦਾ ਤਾਂ ਉੱਥੇ ਇੱਕ ਮੈਟ੍ਰਿਕ 2x2 ਦੀ ਮੈਟ੍ਰਿਕਸ ਬਣ ਜਾਂਦੀ ਹੈ, ਹਨਾ। ਤਾਂ ਇਹਨੂੰ ਸੋਲਵ ਕਰਕੇ ਜਿਹੜਾ ਨੰਬਰ ਆਊਗਾ ਜਾਂ 2x2 ਚ ਇਕੱਲਾ ਨੰਬਰ ਆਊਗਾ ਇਹਨੂੰ ਮਾਈਨਰ ਕਹਿੰਦੇ। ਕਿੰਨਾ ਉਸ ਨੰਬਰ ਦਾ? 4 ਦਾ ਮਾਈਨਰ ਕੀ ਹੈ? 2। ਜੇ ਇੱਥੇ ਹੁੰਦਾ ਇੱਥੇ 4 ਦਾ ਮਾਈਨਰ ਕੀ ਸੀ? ਤਾਂ ਇਹਨੂੰ ਆਪਾਂ ਸੋਲਵ ਕਰਕੇ ਆਉਂਦੇ। 5×10 ਮਾਈਨਸ 4×12 ਮਾਈਨਸ ਇਹ 2x2 ਚ ਤੇ 3x। ਮਾਈਨਰ ਦਾ ਮਤਲਬ ਹੈ ਇਕੱਲੇ ਇਕੱਲੇ ਐਲੀਮੈਂਟ, ਡਿਟਰਮੀਨੈਂਟ ਦੇ ਇਕੱਲੇ ਇਕੱਲੇ ਐਲੀਮੈਂਟ ਦਾ ਮਾਈਨਰ ਅਲੱਗ ਹੁੰਦਾ ਹੈ, ਇਕੱਲੇ ਇਕੱਲੇ ਐਲੀਮੈਂਟ ਦਾ ਕੋਫੈਕਟਰ ਅਲੱਗ ਹੁੰਦਾ। ਪਹਿਲਾਂ ਆਪਾਂ ਮਾਈਨਰ ਦੀ ਗੱਲ ਕਰਦੇ ਹਾਂ, ਉਸ ਐਲੀਮੈਂਟ ਨੂੰ ਤਾਂ ਰੋਅ ਛੱਡ ਦਈਏ, ਕਾਲਮ ਛੱਡ ਦਈਏ, ਜਿਹੜਾ ਜਵਾਬ ਆਊਗਾ ਉਹਨੂੰ ਮਾਈਨਰ ਕਰੋ। ਸਮਝ ਲੱਗ ਗਈ? ਕੋਫੈਕਟਰ, ਕੋਫੈਕਟਰ ਜਦੋਂ ਉਸੇ ਮਾਈਨਰ ਦੇ ਅੱਗੇ ਮਾਈਨਸ ਦਾ ਨਿਸ਼ਾਨ ਲਾ ਦਿੰਦੇ। ਜਦੋਂ ਆਪਾਂ ਡਿਟਰਮੀਨੈਂਟ ਸੋਲਵ ਕਰਦੇ ਹਾਂ ਆਪਾਂ ਕਹਿੰਦੇ -1 ਦੀ ਪਾਵਰ, ਜਿਹੜੇ ਇੱਥੇ ਰੋਅ ਪਲੱਸ ਕਾਲਮ ਹੁੰਦਾ ਉਹੀ ਲਿਖਦੇ ਹਾਂ, ਉਹੀ ਲਿਖਦੇ ਨਾ। ਤਾਂ ਜਦੋਂ ਮਾਈਨਰ ਦੇ ਅੱਗੇ -1 ਦੀ ਪਾਵਰ ਲਾ ਦਿੰਦੇ ਆ ਉਹ ਕੀ ਬਣ ਜਾਂਦਾ ਹੈ? ਕੋਫੈਕਟਰ। ਹੁਣ ਜਿਵੇਂ ਇੱਥੇ 4 ਹੈ, 4 ਦਾ ਮਾਈਨਰ ਕਿੰਨਾ ਆਇਆ? 2। ਪਰ ਇਹ -1 ਹੈ ਤਾਂ ਇੱਥੇ -1 ਦੀ ਪਾਵਰ ਕਿੰਨੀ ਹੋ ਗਈ? 1+1 ਕਿੰਨਾ ਹੋ ਗਿਆ? 2। ਯਾਨੀ ਕਿ -1 ਦੀ ਪਾਵਰ 2 ਕਿੰਨਾ ਹੋ ਗਿਆ? ਪਲੱਸ। ਤਾਂ ਹੁਣ ਜਿਹੜਾ 4 ਦਾ ਕੋਫੈਕਟਰ ਕੀ ਹੈ? ਪਲੱਸ 2। ਜਦੋਂ ਮਾਈਨਸ ਦੇ ਸਾਈਨ ਮਾਈਨਸ ਅੱਗੇ ਲੱਗ ਜਾਂਦੇ ਆ ਉਹ ਕੀ ਬਣ ਜਾਂਦੇ ਆ? ਕੋਫੈਕਟਰ। ਸਮਝ ਲੱਗ ਗਈ? ਮਾਈਨਸ ਤੇ ਕੋਫੈਕਟਰ ਸਮਝ ਲੱਗ ਗਏ। ਹੁਣ ਆਪਣਾ ਮੇਨ ਟੌਪਿਕ ਸ਼ੁਰੂ ਹੋ ਗਿਆ ਐਡਜੋਇੰਟ। ਦੇਖੋ ਆਪਾਂ ਬਾਜ਼ਾਰ ਸ਼ਰਟ ਲੈਣ ਜਾਂਦੇ ਤਾਂ ਆਪਣਾ ਮੇਨ ਮਕਸਦ ਸ਼ਰਟ ਨੂੰ ਪਾਉਣਾ। ਹੁਣ ਸ਼ਰਟ ਨੂੰ ਪਾਉਣ ਲਈ ਜਾਂ ਸ਼ਰਟ ਤੱਕ ਪਹੁੰਚਣ ਲਈ ਸ਼ਰਟ ਕਿਵੇਂ ਬਣੀ, ਧਾਗਾ ਕੀਤਾ, ਕੱਪੜੇ ਕੀਤੇ, ਸੀਤੇ, ਜੇ ਵੋ, ਉਹ ਸਾਰਾ ਪਿੱਛੇ ਕੰਮ ਹੁੰਦਾ। ਆਪਾਂ ਨੂੰ ਤਾਂ ਅਲਟੀਮੇਟਲੀ ਸ਼ਰਟ ਚਾਹੀਦੀ ਹੈ। ਤਾਂ ਆਪਣਾ ਮੇਨ ਮਕਸਦ, ਆਪਣਾ ਰਸਤਾ ਆਪਾਂ ਕਿੱਥੇ ਪਹੁੰਚਣਾ? ਇਨਵਰਸ ਤੇ ਪਹੁੰਚਣਾ, ਕਿਸੇ ਵੀ ਮੈਟ੍ਰਿਕਸ ਤੇ ਇਨਵਰਸ ਤੇ ਪਹੁੰਚਣਾ। ਉੱਥੋਂ ਤੱਕ ਪਹੁੰਚਣ ਲਈ ਜਿਹੜੇ ਰਸਤੇ ਵਿੱਚ ਆਪਾਂ ਚੀਜ਼ਾਂ ਇਕੱਠੀਆਂ ਕਰਨੀਆਂ ਉਹ ਕੀ ਹੈ? ਐਡਜੋਇੰਟ ਹੋ ਗਿਆ, ਮਾਈਨਸ ਤੇ ਕੋਫੈਕਟਰਸ। ਠੀਕ ਹੈ ਜੀ। ਪਹੁੰਚਣ ਦਾ ਡੈਸਟੀਨੇਸ਼ਨ ਕੀ ਹੈ? ਇਨਵਰਸ। ਲੇਕਿਨ ਇਨਵਰਸ ਤੱਕ ਪਹੁੰਚਣ ਲਈ ਕਿਹੜੇ ਕਿਹੜੇ ਪਿੰਡਾਂ ਚੋਂ ਗੁਜ਼ਰ
ਪਹਿਲਾਂ ਮਾਈਨਸ 2 ਫੈਕਟਰਸ ਸੀਗੇ, ਹੁਣ ਅਗਲਾ ਪਿੰਡ ਕਿਹੜਾ ਆ ਗਿਆ ਐਡਜੋਇਨ। ਇਹਨਾਂ ਤੋਂ ਗੁਜ਼ਰੇ ਬਿਨਾਂ ਆਪਾਂ ਇੱਥੇ ਨਹੀਂ ਪਹੁੰਚ ਸਕਦੇ, ਠੀਕ ਹੈ। ਆਪਾਂ ਹੁਣ ਇੱਕ ਐਗਜ਼ਾਮਪਲ ਲੈ ਕੇ ਚੱਲਦੇ, ਠੀਕ ਹੈ। ਮੰਨ ਲਓ 2/2 ਦਾ ਲਿਖੋ, ਹੁਣ ਮੈਂ ਇਹਦਾ ਕੋ ਫੈਕਟਰ ਕੱਢਣ ਲੱਗੀ, ਠੀਕ ਹੈ। ਕੋ ਫੈਕਟਰ ਮੈਟ੍ਰਿਕਸ, ਇਹਦਾ ਕੋ ਫੈਕਟਰ ਮੈਟ੍ਰਿਕਸ ਕੱਢਣ ਲੱਗੀ ਤਾਂ 2 ਹੈ, 2 ਦਾ ਪਹਿਲਾਂ ਮਾਈਨਸ ਕਿੰਨਾ ਹੋਊਗਾ 5, 5 ਦੇ ਅੱਗੇ ਸਾਈਨ ਕਿਹੜਾ ਹੋਊਗਾ, ਇਹ 1-1 ਹੈ, ਯਾਨੀ ਕਿ 1+1 2, ਯਾਨੀ ਕਿ ਹੁਣ ਆ 1 ਦਾ ਕੋ ਮਾਈਨਰ ਕੀ ਆਊਗਾ 4, 3 ਦੇ ਅੱਗੇ ਸਾਈਨ ਕਿਹੜਾ ਆਊਗਾ ਮਾਈਨਸ, 2-2 ਕੋ ਫੈਕਟਰ। ਹੁਣ 4 ਦਾ ਕਿਹੜਾ ਆਊਗਾ ਮਾਈਨਰ 1, 1 ਦੇ ਅੱਗੇ ਸਾਈਨ ਕਿਹੜਾ ਆਊਗਾ 8, 2, 1 ਹੈ ਤਾਂ ਮਾਈਨਸ ਆਊਗਾ, 2+1 3, -1 ਦੀ ਪਾਵਰ 3 ਕਿੰਨਾ ਹੁੰਦਾ ਹੈ ਮਾਈਨਸ, ਇਹ ਪਤਾ ਕਿਵੇਂ ਹੁੰਦਾ ਹੈ ਪਤਾ, -1 ਦੀ ਪਾਵਰ 3 ਤਾਂ -1 ਨੂੰ ਕਿੰਨੀ ਵਾਰ ਲਿਖਣਾ ਹੈ 3 ਵਾਰ। ਆਪਾਂ ਸਾਥੀ ਮਿਲਾਣੇ ਹੁੰਦੇ, ਜੇ ਸਾਥੀ ਇਕੱਲਾ ਰਹਿ ਗਿਆ ਤਾਂ ਜਵਾਬ ਮਾਈਨਸ ਆਊਗਾ, ਜੇ ਸਾਥੀ ਇਕੱਲਾ ਨਹੀਂ ਰਿਹਾ ਸਾਰੇ ਸਾਥੀਆਂ ਦੀ ਜੋੜੀਆਂ ਬਣ ਗਈਆਂ ਤਾਂ ਜਵਾਬ ਪਲੱਸ, ਇਹ ਸਾਥੀ ਜੋੜੀ ਬਣ ਗਈ, ਅੱਜ ਤੇ ਇਕੱਲਾ ਰਹਿ ਗਿਆ ਨਾ ਤਾਂ ਜਵਾਬ ਦਿਓ। ਹੁਣ ਜਿਵੇਂ ਆ ਹੋਇਆ 4 ਪਲੱਸ, ਆ ਸਾਥੀ ਇਹਨਾਂ ਬਣ ਗਿਆ, ਆ ਇਹਨਾਂ ਬਣ ਗਿਆ, ਇੱਥੇ ਕੋਈ ਸਾਥੀ ਨਹੀਂ ਬਚਿਆ ਦਿੰਦਾ ਜਵਾਬ, ਸਮਝ ਲੱਗੀ। ਚਲੋ ਆਪਣਾ ਕੰਮ ਇਸ, ਹੁਣ ਆ 2 ਹੈ ਤਾਂ -1 ਦੀ ਪਾਵਰ 4 ਤਾਂ ਕੀ ਆਊਗਾ ਪਲੱਸ, ਤਾਂ ਇਹਦਾ ਮਾਈਨਸ ਕੀ ਆਊਗਾ 2, ਮਾਈਨਸ ਕੱਢ ਲੈ ਕੋ ਫੈਕਟਰ ਮੈਟ੍ਰਿਕਸ, ਜਦੋਂ ਮਾਈਨਸ ਅੱਗੇ ਸਾਈਨ ਪਲੱਸ ਮਾਈਨਸ ਲਾਤੇ ਕੋ ਫੈਕਟਰ ਮੈਟ੍ਰਿਕਸ ਬਣ ਗਿਆ। ਹੁਣ ਇਹਦਾ ਲੈਣਾ ਹੈਗਾ ਟਰਾਂਸਪੋਜ਼, ਟਰਾਂਸਪੋਜ਼ ਯਾਦ ਹੈ ਕੀ ਕਰਦੇ ਸੀ, ਹਾਂਜੀ ਕੀ ਰੋ ਕਾਲਮ ਬਣਾ ਦਿੰਦੇ ਸੀ, ਕਾਲਮ ਨੂੰ ਰੋ, ਤਾਂ ਕੋ ਫੈਕਟਰ ਆਫ ਏ ਦਾ ਡੈਸ਼ ਤਾਂ 5 ਹੋਵੇ, -4 ਇੱਧਰ -1 ਉੱਧਰ, ਤਾਂ ਕੋ ਫੈਕਟਰ ਮੈਟ੍ਰਿਕਸ ਦਾ ਟਰਾਂਸਪੋਜ਼ ਆ ਗਿਆ। ਇਹਨੂੰ ਕੀ ਕਹਿੰਦੇ ਆ ਐਡਜੋਇੰਟ ਆਫ ਏ, ਐਡਜੋਇੰਟ ਵੱਡਾ ਸਾਰਾ ਲਿਖਣ ਦੀ ਬਜਾਏ ਏ ਡੀ ਜੇ ਲਿਖ ਦਿੱਤਾ ਜਾਂਦਾ, ਐਡਜੋਇੰਟ ਆਫ ਏ ਆ ਹੀ ਹੁੰਦਾ ਹੈ ਕਿਸੇ ਵੀ ਮੈਟ੍ਰਿਕਸ ਦੇ ਕੋ ਫੈਕਟਰ ਮੈਟ੍ਰਿਕਸ ਦਾ, ਕਿਸੇ ਨੂੰ ਕੋਈ ਪ੍ਰੋਬਲਮ। ਪਹਿਲਾਂ ਕੋ ਫੈਕਟਰਸ ਕੱਢ ਲੈਂਦੇ ਹਾਂ, ਕੋ ਫੈਕਟਰਸ ਲਈ ਪਹਿਲਾਂ ਮਾਈਨਸ ਕੱਢਾਂਗੇ, ਮਾਈਨਸ ਦੇ ਅੱਗੇ ਪਲੱਸ ਮਾਈਨਸ ਦਾ ਸਾਈਨ ਦੇਖਾਂਗੇ, ਫਿਰ ਉਹਨੂੰ ਮੈਟ੍ਰਿਕਸ 'ਚ ਲਿਖਾਂਗੇ, ਫਿਰ ਉਹਦਾ ਟਰਾਂਸਪੋਜ਼ ਲਵਾਂਗੇ ਤਾਂ ਕੀ ਬਣ ਜੂਗਾ ਐਡਜੋਇੰਟ ਆਫ, ਪੱਕੀ ਗੱਲ ਹੈ। ਹੁਣ ਆ 3-4 ਰਿਜ਼ਲਟਸ ਕਰਨੇ, ਪਹਿਲਾ ਰਿਜ਼ਲਟ ਕੀ ਹੈ, ਇਹ ਬਰਾਬਰ ਕਿੰਦੇ ਹੁੰਦਾ ਹੈ ਏ ਦੇ, ਡਿਟਰਮੀਨੈਂਟ ਦੇ, ਤੇ ਨਾਲ ਕੀ ਆ ਆਈਡੈਂਟੀ ਮੈਟ੍ਰਿਕਸ। ਅੱਛਾ ਹੁਣ ਮੈਨੂੰ ਇੱਕ ਗੱਲ ਦੱਸੋ ਕਿ ਆਈਡੈਂਟੀ ਮੈਟ੍ਰਿਕਸ ਕਿਉਂ ਲਿਖਿਆ, ਏ ਦਾ ਡਿਟਰਮੀਨੈਂਟ ਆਪਾਂ ਕੀਤਾ ਸੀ ਕਿ ਮੈਟ੍ਰਿਕਸ ਦੇ ਡਿਟਰਮੀਨੈਂਟ ਕੀ ਫਰਕ ਸੀ ਕਿ ਏ ਦਾ ਡਿਟਰਮੀਨੈਂਟ ਕੀ ਜਵਾਬ ਆਉਂਦਾ ਹੈ, ਇੱਕ ਅੱਖਰ, ਇਕੱਲਾ ਇੱਕ ਨੰਬਰ ਆਉਂਦਾ ਜਵਾਬ 'ਚ, 4, 5, 10, -1 ਬਟੇ ਦੋ ਇੱਕੋ ਹੀ ਆਉਂਦਾ, ਤਾਂ ਫੇਰ ਨਾਲ ਮੈਟ੍ਰਿਕਸ ਲਿਖਦਾ ਕਿਉਂਕਿ ਏ ਦਾ ਮੈਟ੍ਰਿਕਸ ਹੀ ਹੈ, ਹਾਂਜੀ ਹਾਂਜੀ, ਐਡਜੋਇੰਟ ਆਫ ਏ ਆਪਾਂ ਉਹਨੇ ਕੀਤਾ ਸੀ ਮੈਟ੍ਰਿਕਸ ਆਇਆ ਸੀ,
ਆਇਆ ਸੀ ਨਾ ਉਹਨੂੰ ਏ ਨਾਲ ਮਲਟੀਪਲਾਈ ਕਰਾਂਗੇ ਤਾਂ ਵੀ ਜਵਾਬ ਤੇ ਇੱਕ ਮੈਟ੍ਰਿਕਸ ਆਊਗਾ। ਹਾਂਜੀ, ਤੇ ਇੱਕ ਮੈਟ੍ਰਿਕਸ ਕਿਸੇ ਇੱਕ ਨੰਬਰ ਦੇ ਬਰਾਬਰ ਹੋ ਸਕਦਾ ਹੈ? ਨਹੀਂ। ਤਾਂ ਉਹਨੂੰ ਮੈਟ੍ਰਿਕਸ ਕਰਨ ਲਈ ਆ ਏ ਦਾ ਡਿਟਰਮੀਨੈਂਟ ਦਾ ਜਵਾਬ ਇੱਕ ਆਊਗਾ, ਇੱਕ ਨੰਬਰ ਆਊਗਾ, ਤਾਂ ਉਹਨੂੰ ਆਈਡੈਂਟੀ ਮੈਟ੍ਰਿਕਸ ਦੇ ਨਾਲ ਲਿਖਿਆ ਕਿ ਤਾਂ ਕਿ ਫਿਰ ਇਹ ਇੱਕ ਮੈਟ੍ਰਿਕਸ ਬਣ ਜੂਗਾ ਜਿੰਨਾ ਜਿੰਨੇ ਬਾਏ ਜਿੰਨੇ ਦਾ ਇੱਧਰ ਹੋਊਗਾ। ਹਾਂਜੀ, ਜੇ ਇੱਧਰ 2x2 ਦਾ ਹੋਊਗਾ ਤਾਂ ਇਹ ਵੀ 2x2 ਦਾ ਬਣ ਜੂਗਾ, ਜੇ ਇੱਧਰ 3x3 ਦਾ ਹੋਊਗਾ ਇਹ ਵੀ 3x3। ਦਸਵੀਂ ਕਲਾਸ ਦਾ ਬੱਚਾ 12ਵੀਂ ਕਲਾਸ ਦੇ ਬੱਚੇ ਦੇ ਬਰਾਬਰ ਹੋ ਸਕਦਾ? ਨਹੀਂ। ਤਾਂ ਕੋਈ ਸੈਟਿੰਗ ਕਰਨੀ ਪਊਗੀ, ਜਾਂ ਤਾਂ ਦਸਵੀਂ ਵਾਲੇ ਨੂੰ 12ਵੀਂ ਚ ਭੇਜਣਾ ਪਊਗਾ ਜਾਂ 12ਵੀਂ ਵਾਲੇ ਨੂੰ ਦਸਵੀਂ ਚ ਕਰਨਾ ਪਊਗਾ ਤਾਂ ਹੀ ਬਰਾਬਰ ਹੋਣਗੇ। ਉਵੇਂ ਹੀ ਮੈਟ੍ਰਿਕਸ ਤੇ ਡਿਟਰਮੀਨੈਂਟ ਬਰਾਬਰ ਨਹੀਂ ਹੋ ਸਕਦੇ, ਤਾਂ ਸੈਟਿੰਗ ਕੀਤੀ ਹੈ ਇਹਦੇ ਨਾਲ ਆਈਡੈਂਟੀ ਮੈਟ੍ਰਿਕਸ ਲਾਤਾ, ਜਿਹਨਾਂ ਨੇ ਇਹਨੂੰ ਕੀ ਬਣਾਤਾ ਮੈਟ੍ਰਿਕਸ, ਤਾਂ ਕਿ ਬਰਾਬਰ ਹੋ ਸਕੇ। ਇਹ ਨਿੱਕੀਆਂ ਨਿੱਕੀਆਂ ਗੱਲਾਂ, ਜੇ ਆਪਾਂ ਦੇਖੀਏ ਤਾਂ ਕੁਛ ਵੀ ਨਹੀਂ, ਜੇ ਦੇਖੀਏ ਤਾਂ ਬਹੁਤ ਕੁਛ। ਸਮਝ ਲੱਗ ਗਈ? ਅੱਗੇ ਇਹ ਰਿਜ਼ਲਟ ਅੱਗੇ ਆਪਾਂ ਨੂੰ ਕੰਮ ਆਊਗਾ, ਜਦੋਂ ਇਹ ਇਨਵਰਸ ਕੱਢਾਂਗੇ ਉਹਦੀ ਵੈਲਿਊ ਕਿੰਨੇ ਬਰਾਬਰ ਹੁੰਦੀ ਉਹ ਚੱਕਾਂਗੇ। ਸਿਰਫ ਇੱਕ ਰਿਜ਼ਲਟ ਯਾਦ ਰੱਖ ਲਓ ਕਿ ਕਿੰਨੇ ਬਰਾਬਰ ਹੁੰਦਾ ਹੈ ਇਹਦਾ ਡਿਟਰਮੀਨੈਂਟ ਇੰਟੂ ਆਈਡੈਂਟੀ, ਠੀਕ ਹੈ ਜੀ। ਅੱਗੇ ਦੋ ਡੈਫੀਨੇਸ਼ਨ ਹੈ ਸਿੰਗੂਲਰ ਮੈਟ੍ਰਿਕਸ ਤੇ ਨੋਨ ਸਿੰਗੂਲਰ ਮੈਟ੍ਰਿਕਸ। ਸਿੰਗੂਲਰ ਮੈਟ੍ਰਿਕਸ ਕਿਹਨੂੰ ਕਹਿੰਦੇ ਆ? ਜਿੰਦਾ ਡਿਟਰਮੀਨੈਂਟ ਕੀ ਹੋ ਜੇ? ਜੀਰੋ। ਜੀਰੋ। ਜੇ ਕਿਸੇ ਮੈਟ੍ਰਿਕਸ ਦਾ ਡਿਟਰਮੀਨੈਂਟ ਜੀਰੋ ਆ ਗਿਆ ਤਾਂ ਉਹਨੂੰ ਸਿੰਗੂਲਰ ਮੈਟ੍ਰਿਕਸ, ਜਿੰਦਾ ਡਿਟਰਮੀਨੈਂਟ ਜੀਰੋ ਨਹੀਂ ਆਇਆ ਤਾਂ ਉਹਨੂੰ ਕੀ ਕਹਿੰਦੇ ਆਪਾਂ? ਨੋਨ ਸਿੰਗੂਲਰ।